ਅੱਜ ਮੇਰੇ ਬੱਚੇ ਕਿ ਕਰੇ ਭੁੱਖੇ ਮਾਦੇ ਮੈਨੂੰ ਪੁੱਛਦੇ ਕੀ ਲੈ ਕੇ ਆਈ ਕੰਮ ਕਰਨ ਜਾਂਦੇ ਉੱਥੇ ਕੀ ਕਰਨ ਜਾਂਦੇ ਆ ਮੈਂ ਕੀ ਦੱਸਾਂ ਬੱਚਿਆਂ ਨੂੰ ਬੱਚਾ ਮੇਰੇ ਨਹੀਂ ਸਿਰ ਤੇ ਖਾਏਗਾ ਬੱਚੇ ਨੂੰ ਕੀ ਦਊਂਗੀ ਮੈਂ ਕਿਰਾਇਆ ਪਾੜਾ ਮੈਂ ਕਿਸੇ ਤੋਂ ਫੜ ਕੇ ਲਿਆਉਣੀ ਆ ਚਾਰ ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਦਿੱਤੀ ਇਹਨਾਂ ਨੇ ਬੱਚੇ ਸਾਡੇ ਭੁੱਖੇ ਮਰੀ ਜਾਂਦੇ ਆ ਅਸੀਂ ਕਿੱਧਰ ਨੂੰ ਜਾਈਏ ਬੰਦੇ ਨੂੰ ਤਨਖਾਹ ਦੇਤੀ ਸਾਨੂੰ ਫੇਰ ਹੀ ਭਾਲਦਾ ਫੇਰ ਕਹੀ ਕਹਿੰਦਾ ਹਫ਼ਤੇ ਨੂੰ ਚੈੱਕ ਦੇਊਂਗਾ ਸ਼ਰਮਾਜੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਮਨਜੀਤ ਦਾ ਠੇਕਾ ਰੱਦ ਕਰੋ ਜਿੰਦੇ ਸਾਨੂੰ ਵੀ ਜੇ ਚੈੱਕ ਨਹੀਂ ਚਾਰ ਮਿਲਦੇ ਸੀ ਉੱਠ ਲੈਂਦੇ ਸੀ ਅਜੇ ਦੇ ਸਿਰ ਚੜ ਕੇ ਮਰਨਾ ਜੇ ਸਾਨੂੰ ਕੁਛ ਹੋ ਗਿਆ ਜੇ ਇਸ ਨੂੰ ਜ਼ਿੰਮੇਵਾਰ ਆਏ ਪੰਜਾਬ ਸਰਕਾਰ ਖਿਲਾਫ ਹਰ ਮਹਿਕਮਾ ਜਿਹੜਾ ਅੱਜ ਨਾਰੇ ਲਾਉਣ ਲਈ ਤਿਆਰ ਆ ਹਰ ਜਿਹੜਾ ਮੁਲਾਜ਼ਮ ਵਰਗ ਆ ਦੁਖੀ ਆ ਅੱਜ ਮੋਗਾ ਦੇ ਸਿਵਲ ਹਸਪਤਾਲ ਦੇ ਜੇਕਰ ਸਫਾਈ ਸੇਵਕਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਹੋ ਕੇ ਤਨਖਾਹਾਂ ਨਾ ਮਿਲਣ ਕਾਰਨ ਜਿਹੜੇ ਮੁਲਾਜ਼ਮ ਆ ਅੱਜ ਟੈਂਕੀ 'ਤੇ ਚੜ੍ਹਿਆ ਮਹਿਲਾ ਜਿਹੜੀ ਕਾਫੀ ਦੇਰ ਤੋਂ ਟੈਂਕੀ 'ਤੇ ਚੜ੍ਹੀ ਆ ਰੋ ਰੋ ਬੁਰਾ ਹਾਲ ਆ ਗੱਲਬਾਤ ਕਰਦੇ ਹਾਂ ਕਿਉਂ ਇਹਨਾਂ ਨੂੰ ਅੱਜ ਚੜ੍ਹਨ ਲਈ ਮਜਬੂਰ ਹੋਣਾ ਜੀ ਕੀ ਗੱਲ ਆ ਕਿਉਂ ਚੜ੍ਹਨ ਲਈ ਮਜਬੂਰ ਹੋਣਾ ਵੀ ਜੀ ਚਾਰ ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਦਿੱਤੀ ਇਹਨਾਂ ਨੇ ਬੱਚੇ ਸਾਡੇ ਭੁੱਖੇ ਮਰੀ ਜਾਂਦੇ ਆ ਅਸੀਂ ਕਿੱਧਰ ਨੂੰ ਜਾਈਏ ਜੇ ਲਾੜੇ ਲਾਉਂਦਾ ਸਾਨੂੰ ਤੋਰ ਦਿੰਦਾ ਲਾੜੇ ਲਾਉਂਦਾ ਤੋਰ ਦਿੰਦਾ ਹਫ਼ਤਾ ਹੋ ਗਿਆ ਸਾਨੂੰ ਟੈਂਕੀ ਬੈਠੇ ਨੂੰ ਦੂਜੇ ਬੰਦੇ ਨੂੰ ਤਨਖਾਹ ਦੇਤੀ ਸਾਨੂੰ ਫਿਰ ਹੀ ਭਾਲਦਾ ਫਿਰ ਕਹੀ ਕਹਿੰਦਾ ਹਫ਼ਤੇ ਨੂੰ ਚੈੱਕ ਦੇਊਂਗਾ ਜਿੰਦਰ ਸਾਨੂੰ ਵੀ ਜੇ ਚੈੱਕ ਨਹੀਂ ਚਾਰ ਮਿਲਦੇ ਸੀ ਉੱਠ ਲੈਂਦੀ ਸੀ ਅਜੇ ਦੇ ਸਿਰ ਚੜ ਕੇ ਮਰਨਾ ਜੇ ਸਾਨੂੰ ਕੁਛ ਹੋ ਗਿਆ ਜੇ ਇਸ ਨੂੰ ਜ਼ਿੰਮੇਵਾਰ ਆਏ ਕਾਫੀ ਦੇਰ ਹੋ ਗਈ ਧੁੱਪ ਬਹੁਤ ਆ ਤੁਸੀਂ ਉੱਪਰ ਬੈਠੇ ਆ ਜਾਣ ਦੀ ਪਰਵਾਹ ਨਹੀਂ ਕੀਤੀ ਫਿਰ ਵੀ ਲੱਗਦਾ ਨਹੀਂ ਕੋਈ ਗੱਲ ਨਹੀਂ ਜਿੱਥੇ ਸਾਡੇ ਭੁੱਖੇ ਬੱਚੇ ਮਰਦੇ ਭੁੱਖੇ ਮਰ ਜਾਂਦੇ ਫਿਰ ਮੈਂ ਮਰ ਜੂਗੀ ਫਿਰ ਕੀ ਹੋ ਜੂਗਾ ਪਰ ਇਹ ਜ਼ਿੰਮੇਵਾਰ ਹੋਊਗਾ ਇਹ ਤਨਖਾਹ ਇਸ ਨੂੰ ਕਿੰਨਾ ਚਿਰ ਹੋ ਗਿਆ ਤਨਖਾਹ 4 ਮਹੀਨੇ ਹੋ ਗਏ ਜੀ ਵੀਰ ਜੀ ਤਨਖਾਹ ਲਈ ਨੂੰ ਇਸ ਤੋਂ ਪਹਿਲਾਂ ਕਈ ਮੀਟਿੰਗਾਂ ਵੀ ਕੀਤੀਆਂ ਮੀਟਿੰਗ ਨੂੰ ਵੀ ਮਿਲੇ ਸੀ ਤੁਸੀਂ ਹਾਂਜੀ ਉਹ ਸਾਨੂੰ ਕਹਿੰਦੇ ਹਫ਼ਤੇ ਨੂੰ ਖੜ ਜਾਓ 4 ਦਿਨ ਖੜ ਜਾਓ ਬਸ ਲਾਰੇ ਲਾ ਕੇ ਮੋੜ ਦਿੰਦੇ ਉਹ ਕਰਾਰ ਲੰਘ ਜਾਂਦਾ ਸੀ ਹਰ ਕੇ ਇੱਕ ਅੱਕ ਗਏ ਸੀ ਇਸ ਕੰਮ ਨੂੰ ਚੱਕਿਆ ਜੀ ਇਹ ਅਸੀਂ ਤਾਂ ਪੀਟੀਸੀ ਨਿਊਜ਼ ਵੱਲੋਂ ਤੁਹਾਨੂੰ ਅਪੀਲ ਕਰਾਂਗੇ ਕਿ ਥੱਲੇ ਆ ਜਾਓ ਕਿਉਂਕਿ ਧੁੱਪ ਦਾ ਟਾਈਮ ਹੈ ਕੋ ਉਚਾਈ ਬਹੁਤ ਤੱਕ ਹੈ ਨਾ ਜੀ ਮੇਰੇ ਬੱਚੇ ਭੁੱਖੇ ਮਰਦੇ ਬੰਦਾ ਮੇਰੇ ਸਿਰ ਤੇ ਨਹੀਂ ਹੈਗਾ ਅੱਜ ਮੇਰੇ ਬੱਚੇ ਕਿ ਕਰੇ ਭੁੱਖੇ ਮਰਦੇ ਮੈਨੂੰ ਪੁੱਛਦੇ ਕੀ ਲੈ ਕੇ ਆਈ ਕੰਮ ਕਰਨ ਜਾਂਦੇ ਉੱਥੇ ਕੀ ਕਰਨ ਜਾਂਦੇ ਆ ਮੈਂ ਕੀ ਦੱਸਾਂ ਬੱਚਿਆਂ ਨੂੰ ਮੈਂ ਉਹਨੂੰ ਬੱਚਿਆਂ ਨੂੰ ਕੁਛ ਦੱਸਣਾ ਵਾ ਉਹ ਕਹਿੰਦਾ ਤੂੰ ਕੰਮ ਕਰਕੇ ਉਹ ਨਹੀਂ ਪੈਸੇ ਕਿੱਥੋਂ ਛੱਡਦੀ ਆ ਬੰਦਾ ਮੇਰੇ ਨਹੀਂ ਸਿਰ ਤੇ ਹੈਗਾ ਬੱਚਿਆਂ ਨੂੰ ਕੀ ਦਊਂਗੀ ਮੈਂ ਕਿਰਾਇਆ ਪਾੜਾ ਮੈਂ ਕਿਸੇ ਤੋਂ ਫੜ ਕੇ ਲਿਆਉਣੀ ਆ ਥੱਲੇ ਵੀ ਤੁਹਾਨੂੰ ਕਹਿ ਰਹੇ ਆ ਵੀ ਆ ਜਾਓ ਨਹੀਂ ਆਉਣਾ ਜੀ ਨਹੀਂ ਆਉਣਾ ਨਹੀਂ ਆਉਣਾ ਮੇਰੀ ਮਾਂ ਦਾ ਜ਼ਿੰਮੇਵਾਰ ਇਸ ਸਮਾਂ ਹੋਊਗਾ ਜੇ ਵੀ ਮੈਨੂੰ ਕੁਛ ਹੋ ਗਿਆ ਸਾਨੂੰ ਕੁਛ ਨੀ ਪੱਲੇ ਪਾਉਂਦਾ ਸਾਡੇ ਜਿਹੜੇ ਇਹਦੇ ਵੱਲ ਆ ਚਾਰ ਪੰਜ ਸੱਤ ਬੰਦੇ ਉਹਨਾਂ ਨੂੰ ਹੱਥੀ ਤਨਖਾਹ ਦੇ ਦਿੰਦਾ ਤੇ ਸਾਡੇ ਵੱਲ ਝਾਕਦਾ ਨੀ ਇਹ ਬਿਲਕੁਲ ਜਿਹੜੀ ਮਹਿਲਾ ਜਿਹੜੀ ਕਾਫੀ ਦੇਰ ਤੋਂ ਜਿਹੜੀ ਟੈਂਕੀ ਦੇ ਉੱਪਰ ਬੈਠੀ ਆ ਰੋ ਰੋ ਬੁਰਾ ਹਾਲ ਆ ਜਿਹੜੀ ਲਗਾਤਾਰ ਇਹੀ ਮੰਗ ਕਰ ਰਿਹਾ ਕਿ ਜਿਹੜਾ ਸਾਡੀ ਤਨਖਾਹ ਉਹ ਤੁਰੰਤ ਤਨਖਾਹ ਦਿੱਤੀ ਜਾਵੇ ਜਿਹੜੀ ਉਚਾਈ ਬਹੁਤ ਆ ਟੈਂਕੀ ਦੇ ਉੱਪਰ ਬੈਠੇ ਆ ਜਿਹੜੀ ਖਸਤਾ ਹਾਲਤ ਦੀ ਟੈਂਕੀ ਆ ਜੇ ਉਹਨਾਂ ਦਾ ਇਹ ਕਹਿਣਾ ਕਿ ਜੇਕਰ ਸਾਨੂੰ ਕੁਝ ਹੁੰਦਾ ਤਾਂ ਸਾਡੀ ਜਿਹੜੀ ਮੇਰੀ ਮੌਤ ਦੇ ਜ਼ਿੰਮੇਵਾਰ ਵੀ ਉਹ SMO ਸਾਹਿਬ ਨੂੰ ਕਹਿ ਰਹੇ ਨੇ ਕਿ ਤੁਰੰਤ ਜਿੰਨਾ ਚਿਰ ਮੇਰੇ ਚੈੱਕ ਨਾ ਦਿੱਤੇ ਗਏ ਉਨਾ ਚਿਰ ਮੈਂ ਥੱਲੇ ਨਹੀਂ ਉਤਰਨਾ ਮੈਨੂੰ 4 ਚੈੱਕ ਆ ਜਿਹੜੇ ਮੇਰੇ ਬਣਦੇ ਤਨਖਾਹਾਂ ਤੁਰੰਤ ਦਿੱਤੀਆਂ ਜਾਣ ਦੇਖੋ ਜੀ 4 ਮਹੀਨੇ ਦਾ ਜਿਹੜਾ ਹੈ ਪਿੱਛੋਂ ਬਜਟ ਦੀ ਸਾਨੂੰ ਦਿੱਕਤ ਆ ਰਹੀ ਹੈ ਅਤੇ ਇਹ ਉੱਪਰੋਂ ਹਾਇਰ ਲੈਵਲ 'ਤੇ ਆ ਕੁਛ ਦਿਨਾਂ 'ਚ ਜਿਹੜਾ ਸਾਨੂੰ ਭਰੋਸਾ ਦਵਾ ਰਿਹਾ ਹੈ ਵੀ 10 ਤੋਂ 15 ਦਿਨ ਦੇ ਵਿੱਚ ਸਾਡਾ ਬਜਟ ਰਿਲੀਜ਼ ਹੋ ਜਾਏਗਾ ਅਤੇ ਯੂਜ਼ਰ ਚਾਰਜਸ ਅੱਗੇ ਅਸੀਂ ਯੂਜ਼ ਕਰਦੇ ਸੀ ਹੁਣ ਇੱਕ ਵਾਰ ਉੱਪਰ ਜਮ੍ਹਾਂ ਹੁੰਦੇ ਆ ਉਸ ਤੋਂ ਬਾਅਦ ਸਾਨੂੰ ਮਿਲਦੇ ਆ ਨਾ ਆਯੁਸ਼ਮਾਨ ਦੇ ਪੈਸੇ ਆ ਰਹੇ ਅਤੇ ਇੱਕ NHM ਦਾ ਜਿਹੜਾ ਸਾਡਾ ਫੰਡਿੰਗ ਆ ਉਸ ਬੁੱਕ ਕਰਦੇ ਫਸਟ ਬੁੱਕ ਰੈਫਰਲ ਉਹ 70 ਕੁ ਲੱਖ ਅਸੀਂ ਲੈਣਾ ਉਹ ਸਾਡਾ ਨੈਕਸਟ ਵੀਕ ਤੱਕ ਮੋਸਟ ਪ੍ਰੋਬਲੀ ਆ ਜਾਏਗਾ ਜੀ ਨਹੀਂ ਜੀ ਮੀਟਿੰਗਾਂ ਤਾਂ ਕੀਤੀਆਂ ਪਰ ਉਦੋਂ ਵੀ ਇਹਨਾਂ ਨੂੰ ਇਹੀ ਭਰੋਸਾ ਦਵਾਇਆ ਸੀ ਅਸੀਂ ਵੀ ਦਵਾਇਆ ਸੀ ਸਭ ਨੇ ਇਹੀ ਰਲ ਕੇ ਕੰਟਰੈਕਟਰ ਨੇ ਦਵਾਇਆ ਸੀ ਵੀ ਤੁਹਾਨੂੰ ਹਫ਼ਤੇ 10 ਦਿਨ ਤੱਕ ਪੇ ਆ ਜੂਗੀ ਅਤੇ ਕੰਟਰੈਕਟਰ ਸਾਹਿਬ ਵੱਲੋਂ ਪਰਸੋਂ ਜਿੰਨੇ ਜਿਹੜੇ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਪੇ ਦੇਤੀ ਬਾਕੀ ਲੋਕ ਧਰਨੇ 'ਤੇ ਸਾਡਾ ਤਾਂ ਬਹੁਤ ਕਮਿਟਮੈਂਟ ਕੀਤੀਆਂ ਪਰ ਉਹ ਧਰਨਾ ਉਹਨਾਂ ਨੇ ਚੱਕਿਆ ਨਹੀਂ ਹਾਂਜੀ ਮੈਂ ਨਹੀਂ ਥੱਲੇ ਆਵਾਂਗੀ ਮੈਂ ਜੇ ਨਾ ਮੈਨੂੰ ਦੇਖੋ ਜੀ ਇਹ ਉਹਨਾਂ ਦਾ ਆਪਣਾ ਵਾ ਅਦਰਵਾਈਜ਼ ਤਾਂ ਜਦੋਂ ਇਨ ਬਿਟਵੀਨ ਇਹ ਲੇਡੀ ਉੱਪਰ ਗਈ ਆ ਉਸ ਦੌਰਾਨ ਕੰਟਰੈਕਟਰ ਸਾਹਿਬਾਨ ਅਤੇ ਇਹਨਾਂ ਦੇ ਯੂਨੀਅਨ ਦੇ ਹੋਰ ਜਾਣੇ ਸਾਡੇ ਨਾਲ ਗੱਲਬਾਤ ਕੀਤੀ ਆ ਅਸੀਂ ਪ੍ਰੋਮਿਸ ਕੀਤਾ ਵੀ ਅੱਜ ਤੁਹਾਨੂੰ ਜਿਹੜੇ ਪੈਂਡਿੰਗ ਬੰਦੇ ਹੈਗੇ ਉਹਨਾਂ ਨੂੰ 1 ਮਹੀਨੇ ਦੀ ਸੈਲਰੀ ਦੇ ਦਾਂਗੇ ਅਤੇ ਤੁਸੀਂ ਆਪਦਾ ਕੰਮ ਸ਼ੁਰੂ ਕਰ ਦਿਓ ਉਹ ਸੈਲਰੀਜ਼ ਆ ਜੀ 3 ਮੰਥ ਦੀ ਸੈਲਰੀਜ਼ ਆ ਜੀ ਜਿਹੜੀਆਂ ਰੁਕੀਆਂ ਹੋਈਆਂ 20 ਕੁ ਲੱਖ ਹੋਏਗਾ ਜੀ ਕੈਮਰਾਮੈਨ ਹਰਪਾਲ ਦੇ ਨਾਲ ਸਰਜੀਤ ਸਿੰਘ ਰੌਲੀ PTC ਨਿਊਜ਼ ਮੋਗਾ